ਖਾਸ ਕਰਕੇ ਅਮਰੀਕਾ ਦਾ ਰਾਸ਼ਟਰਪਤੀ ਹਿੰਦੁਸਤਾਨ 14 ਘੱਟ ਗਿਣਤੀਆਂ ਦੇ ਜ਼ੁਲਮ ਹੁੰਦਾ ਹੈ। ਮੈਂ ਸਮਝਦਾ ਕਿ ਦੂਸਰੀ 84 ਵਾਪਰੀ ਹੈ ਦਿੱਲੀ 'ਚ ਘੱਟ ਗਿਣਤੀ ਕੌਮਾਂ ਦਾ ਕਬਜ਼ਾ। दिल्ली दे मुख मंत्री अरविंद केजरीवाल अते दिल्ली विच बैठे देश दे राष्ट्रपति नू अड्डे हत्थी लैंदे कहा है कि दोनों वल्लों इन्हां घटनावां नू रोकण लई कोई यतन नहीं कीता गया। एह प्रगटावा श्रोमणी गुरुद्वारा प्रबंधक कमेटी दे मैंबर करनैल सिंह पंजोली ने फतेहगढ़ साहिब विखे इक मीटिंग नू संबोधित करदिआं कहा। उन्हां ने कहा है कि दिल्ली विच 1984 वांग दूसरी दंगियां दी घटना वापरी है। इसी तरह 84 विच वी सिखां दा कतलेआम होया सी। ਸਰ ਕੀ ਮਸਲਾ ਅੱਜ ਦਾ ਜੀ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ? ਅੱਜ ਚੇਚੇ ਤੌਰ ਤੇ ਮੈਂ ਆਪਣੀ ਗੱਲ ਕਹਿਣ ਲਈ ਤੁਹਾਨੂੰ ਸੱਦਾ ਦਿੱਤਾ। ਮੈਂ ਤੁਹਾਡਾ ਧੰਨਵਾਦ ਕਰਦਾ। ਦਿੱਲੀ ਦੇ ਵਿੱਚ ਜੋ ਕਤਲੇਆਮ ਹੋ ਰਿਹਾ, ਜੋ ਇੱਕ ਘੱਟ ਗਿਣਤੀ ਕਮਿਊਨਿਟੀ ਦੇ ਘਰ ਫੁੱਕੇ ਜਾ ਰਹੇ ਨੇ, ਉਹਨਾਂ ਦੇ ਕਾਰੋਬਾਰ ਸਾੜੇ ਜਾ ਰਹੇ ਨੇ, ਉਹਨਾਂ ਦੀਆਂ ਗੱਡੀਆਂ ਸਾੜੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ, ਮੈਂ ਇਸ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ। ਮੈਂ ਸਮਝਦਾ ਕਿ ਦੂਸਰੀ 84 ਵਾਪਰੀ ਹੈ ਦਿੱਲੀ 'ਚ। ਪਹਿਲਾਂ 1984 ਵੀ ਸਿੱਖਾਂ ਦਾ ਕਤਲਾਮ ਇਸੇ ਤਰ੍ਹਾਂ ਹੋਇਆ ਸੀ, ਅੱਜ ਇੱਕ ਘੱਟ ਗਿਣਤੀ ਕੌਮ ਮੁਸਲਮਾਨਾਂ ਦਾ ਕਤਲਾਮ ਵੀ ਇਸੇ ਤਰ੍ਹਾਂ ਹੋ ਰਿਹਾ। ਇਹ ਵੀ ਇੱਕ ਸਵਾਲ ਖੜ੍ਹਾ ਹੋ ਰਿਹਾ ਕਿ ਜਦੋਂ ਵੀ ਅਮਰੀਕਾ ਦਾ ਕੋਈ ਰਾਸ਼ਟਰਪਤੀ ਹਿੰਦੁਸਤਾਨ 'ਚ ਆਉਂਦਾ, ਉਦੋਂ ਘੱਟ ਗਿਣਤੀ ਕੌਮਾਂ ਦਾ ਕਤਲਾਮ ਕਿਉਂ ਹੁੰਦਾ? ਜਦੋਂ ਇੱਥੇ ਬਿੱਲ ਕਲਿੰਟਨ ਆਇਆ ਸੀ ਤਾਂ ਉਦੋਂ ਚਿੱਟੀ ਸਿੰਘਪੁਰਾ ਵਿੱਚ 29 ਸਿੱਖਾਂ ਦਾ ਕਤਲਾਮ ਕੀਤਾ। ਅੱਜ ਟਰੰਪ ਆਇਆ ਅਤੇ ਅੱਜ ਘੱਟ ਗਿਣਤੀ ਮੁਸਲਮਾਨਾਂ ਦੇ ਘਰ ਸਾੜੇ ਜਾ ਰਹੇ ਨੇ, ਉਹਨਾਂ ਨੂੰ ਕੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ, ਉਹਨਾਂ ਦੇ ਕਾਰੋਬਾਰ ਤਬਾਹ ਕੀਤੇ ਜਾ ਰਹੇ ਨੇ। ਇਹ ਬਦਕਿਸਮਤੀ ਹੈ ਕਿ ਇਹ ਸਾਰਾ ਕੁਝ ਉਸ ਥਾਂ 'ਤੇ ਵਾਪਰ ਰਿਹਾ ਹੈ ਜਿੱਥੇ ਦੇਸ਼ ਦਾ ਰਾਸ਼ਟਰਪਤੀ ਬੈਠਾ ਹੈ, ਜਿਹਦੀ ਜਾਮਨੀ ਹੈ ਇਹ ਕਿ ਮੈਂ ਰਾਸ਼ਟਰ ਦਾ ਪਿਤਾ ਅਤੇ ਮੈਂ ਰਾਸ਼ਟਰ ਦੇ ਹਰ ਬੰਦੇ ਦੀ ਸੁਰੱਖਿਆ ਦਾ ਜਾਮਨ ਹੈ, ਪਰ ਉਹਦੇ ਸਾਹਮਣੇ ਇਹ ਸਾਰਾ ਕੁਝ ਵਾਪਰ ਰਿਹਾ, ਉਹਨੇ ਨੋਟਸ ਲੈਣ ਦਾ ਯਤਨ ਕੀਤਾ। ਮੈਨੂੰ ਲੱਗਦਾ ਕਿ ਰਾਸ਼ਟਰਪਤੀ ਸੋਨੇ ਦੇ ਪਿੰਜਰੇ ਵਿੱਚ ਕੈਦ ਕੀਤਾ ਹੋਇਆ ਇੱਕ ਮਨੁੱਖ ਹੈ। ਇਹ ਪੋਸਟ ਇੱਦਾਂ ਲੱਗਦੀ ਹੈ ਜਿਵੇਂ ਬੋਗਸ ਹੁੰਦੀ ਹੈ। ਜਦੋਂ 84 'ਚ ਕਤਲੇਆਮ ਹੋਇਆ ਸੀ ਤਾਂ ਉਦੋਂ ਗਿਆਨੀ ਜੈਲ ਸਿੰਘ ਉਦੋਂ ਭਾਰਤ ਦਾ ਰਾਸ਼ਟਰਪਤੀ ਸੀ, ਉਹਦੀ ਕੌਮ ਉੱਤੇ ਇਸ ਕਿਸਮ ਦਾ ਜ਼ੁਲਮ ਹੋਇਆ, ਜਬਰ ਹੋਇਆ, ਉਹਨੇ ਕੋਈ ਨੋਟਿਸ ਲੈਣ ਦਾ ਯਤਨ ਨਹੀਂ ਕੀਤਾ, ਸਗੋਂ ਆਪਣੀ ਜ਼ਿੰਦਗੀ ਬਹੁਤ ਔਖੀ ਬਚਾ ਸਕਿਆ ਸੀ। ਦਿੱਲੀ ਵਿੱਚ ਗਵਰਨਰ ਬੈਠਾ ਜਿਹਨੇ ਕੋਈ ਨੋਟਿਸ ਲੈਣ ਦਾ ਯਤਨ ਨਹੀਂ ਕੀਤਾ। ਦਿੱਲੀ ਵਿੱਚ ਭਾਰਤ ਦਾ ਪ੍ਰਾਈਮ ਮਿਨਿਸਟਰ ਬੈਠਾ ਹੈ ਕਿ ਜਿੱਥੇ ਹਿੰਦੁਸਤਾਨ ਦੀ ਜਿਹੜੀ ਮਤਲਬ ਕੋਈ ਵੀ ਸਰਕਾਰ ਹੈ, ਭਾਵੇਂ ਉਹ ਕਾਂਗਰਸ ਹੈ, ਭਾਵੇਂ ਉਹ BJP ਹੈ, ਜਦੋਂ ਭਾਵਨਾ ਇਹ ਬਣ ਗਈ ਕਿ ਘੱਟ ਗਿਣਤੀ ਸਿੱਖਾਂ ਨੂੰ ਕੁੱਟ ਕੇ 1984 ਵਿੱਚ ਕਾਂਗਰਸ ਨੇ ਸਰਕਾਰ ਬਣਾਈ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ, ਅੱਜ ਮੁਸਲਮਾਨਾਂ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਨ ਲਈ BJP ਨੇ ਸਰਕਾਰ ਬਣਾਈ। ਅਤੇ ਉਸੇ ਤਰ੍ਹਾਂ ਬੜੀ ਖਾਮੋਸ਼ੀ ਆ, ਬੜੀ ਦੁਖਦਾਇਕ ਗੱਲ ਹੈ ਕਿ 4 ਦਿਨ ਹੋਏ ਨੇ ਹਾਲੇ ਦਿੱਲੀ 'ਚ ਵੋਟਾਂ ਪਈਆਂ ਨੂੰ ਅਤੇ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਉਹਨੇ ਵੀ ਕੋਈ ਨੋਟਿਸ ਲੈਣ ਦਾ ਯਤਨ ਨਹੀਂ ਕੀਤਾ, ਕੋਈ ਉਹਦੀ ਸਟੇਟਮੈਂਟ ਨਹੀਂ ਵੀ ਰਾਸ਼ਟਰਪਤੀ ਨੂੰ ਉਹਨੇ ਅਪੀਲ ਕੀਤੀ ਹੋਵੇ, ਪ੍ਰਾਈਮ ਮਿਨਿਸਟਰ ਨੂੰ ਕੀਤੀ ਹੋਵੇ ਜਾਂ ਉੱਥੇ ਦੇ ਗਵਰਨਰ ਨੂੰ ਕੀਤੀ ਹੋਵੇ ਕਿ ਇਹ ਕਤਲੇਆਮ ਬੰਦ ਹੋਣਾ ਚਾਹੀਦਾ, ਮੇਰੀ ਦਿੱਲੀ ਕਿਉਂ ਸਾੜੀ ਜਾ ਰਹੀ ਹੈ। ਮੈਂ ਸਮਝਦਾ ਕਿ ਇਹ ਇੱਕ ਭਾਵਨਾ ਪੈਦਾ ਹੋ ਗਈ, ਜਦੋਂ ਕਾਤਲ ਦੀਆਂ ਵੋਟਾਂ ਮਰਨ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਹੋਣਗੀਆਂ ਤਾਂ ਫਿਰ ਉਹ ਇਹ ਮਹਿਸੂਸ ਕਰਦੇ ਨੇ ਕਿ ਮਰਨ ਵਾਲਿਆਂ ਦੀਆਂ ਵੋਟਾਂ ਘੱਟ ਨੇ, ਮਾਰਨ ਵਾਲਿਆਂ ਦੀਆਂ ਜ਼ਿਆਦਾ ਨੇ, ਇਸ ਕਰਕੇ ਮਾਰਨ ਵਾਲਿਆਂ ਦੇ ਖਿਲਾਫ ਉਹ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਉਠਾਉਣਾ ਚਾਹੁੰਦੇ। ਉੱਥੇ ਗਵਰਨਰ ਬੈਠਾ, ਉਹ ਵੀ ਸੋਨੇ ਦੇ ਪਿੰਜਰੇ ਵਿੱਚ ਕੈਦ ਹੈ। 3 ਫੌਜਾਂ ਦੇ ਜਰਨੈਲ ਨੇ, ਉਹਨਾਂ ਕੋਲ ਇਸ ਕਿਸਮ ਦੇ ਯੰਤਰ ਨੇ, ਉਹਨਾਂ ਦੇ ਦਫ਼ਤਰਾਂ ਵਿੱਚ ਫਿੱਟ ਕੀਤੇ ਹੋਏ, ਜਿਨ੍ਹਾਂ ਨੂੰ ਧਰਤੀ 'ਤੇ ਕੀੜੀ ਤੁਰੀ ਜਾਂਦੀ ਵਿਖਦੀ ਹੈ। ਲੇਕਿਨ ਉਹਨਾਂ ਜਰਨੈਲਾਂ ਨੂੰ ਨਾ 84 ਵੀ ਸਿੱਖਾਂ ਦਾ ਕਤਲੇਆਮ ਲਿਖਿਆ, ਸਿੱਖਾਂ ਦੇ ਘਰ ਘਾਟ ਸਾੜੇ ਵਿਖੇ, ਨਾ ਸਿੱਖਾਂ ਦੇ ਗਲਾਂ ਵਿੱਚ ਟਾਇਰ ਪੈਂਦੇ ਸੜੇ ਦਿਖੇ, ਅਤੇ ਨਾ ਹੀ ਅੱਜ ਮਤਲਬ ਉਹਨਾਂ ਨੂੰ ਇਹ ਕੁਛ ਵਿਖ ਰਿਹਾ। ਇਹਦੀ ਮੈਂ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ। ਔਰ ਮੈਂ ਇਹ ਸਮਝਦਾ ਕਿ ਜਦੋਂ ਵੀ ਕੋਈ ਵਿਦੇਸ਼ੀ ਤਾਕਤ, ਖਾਸ ਕਰਕੇ ਅਮਰੀਕਾ ਦਾ ਰਾਸ਼ਟਰਪਤੀ ਹਿੰਦੁਸਤਾਨ 'ਚ ਆਉਂਦਾ, ਘੱਟ ਗਿਣਤੀਆਂ 'ਤੇ ਜ਼ੁਲਮ ਹੁੰਦਾ, ਇਹਦੇ ਪਿੱਛੇ ਭਾਵਨਾ ਕੀ ਹੈ, ਇਹਦੇ ਪਿੱਛੇ ਕਾਰਨ ਕੀ ਹੈ, ਇਹਦੀ ਅੰਤਰਰਾਸ਼ਟਰੀ ਪੱਧਰ ਦੀ ਕਿਸੇ ਏਜੰਸੀ ਤੋਂ ਪੜਤਾਲ ਕਰਾਉਣੀ ਚਾਹੀਦੀ ਹੈ ਅਤੇ ਸੱਚ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ। ਮੈਂ ਦਿੱਲੀ ਕਤਲੇਆਮ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ। ਦੂਸਰੀ ਗੱਲ, ਪੰਜਾਬ ਦੇ DGP ਨੇ ਜਿਹੜੀ ਸਟੇਟਮੈਂਟ ਦਿੱਤੀ ਸੀ 2-3 ਦਿਨ ਪਹਿਲਾਂ ਕਿ ਜੀ ਸਵੇਰੇ ਜਾਣ ਵਾਲਾ ਸ਼ਰਧਾਲੂ ਕਰਤਾਰਪੁਰ ਸਾਹਿਬ ਸ਼ਾਮ ਨੂੰ ਅੱਤਵਾਦ ਦਾ ਟ੍ਰੇਨਿੰਗ ਲੈ ਕੇ ਆ ਜਾਂਦਾ, ਇਹ ਵੀ ਇੱਕ ਨਿੰਦਣਯੋਗ ਸਟੇਟਮੈਂਟ ਸੀ। ਮਤਲਬ ਸਾਡੀ ਤਸੱਲੀ ਇਸ ਗੱਲ ਨਾਲ ਨਹੀਂ ਹੈ ਕਿ ਉਹਨੇ ਮਾਫ਼ੀ ਮੰਗ ਲਈ, ਜਿੰਨਾ ਚਿਰ DGP ਨੂੰ ਆਪਣੇ ਅਹੁਦੇ ਤੋਂ ਜਾ ਪਰ ਜਾਇਨ ਕਰੇ ਜਾਂ ਮਤਲਬ
ਪੰਜਾਬ ਦਾ ਮੁੱਖ ਮੰਤਰੀ ਉਹਨੂੰ ਉਹਦੇ ਅਹੁਦੇ ਤੋਂ ਹਟਾਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੂਰੀ ਕੌਮ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ DGP ਖੁਦ ਰਿਜ਼ਾਇਨ ਕਰ ਜਾਣ ਜਾਂ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੂੰ ਹਟਾਵੇ। ਤੀਸਰੀ ਗੱਲ ਹੈ ਕਿ ਭਾਰਤ ਭੂਸ਼ਣ ਜਿਹੜਾ ਇੱਕ ਪੰਜਾਬ ਦਾ ਮੰਤਰੀ ਹੈ ਜਿਹਦੇ 'ਤੇ ਦੋਸ਼ ਲਾਏ ਇੱਕ DSP ਨੇ ਕਿ ਫਲਾਣਾ ਬੰਬ ਬਲਾਸਟ ਜਿਹੜਾ ਸੀ ਉਹਦੇ ਪਿੱਛੇ ਇਹਦੀ ਸਾਜ਼ਿਸ਼ ਸੀ, ਇਹਨੇ ਕਰਵਾਇਆ ਅਤੇ ਹਥਿਆਰ ਉਹਦੀ ਡੈਰੀ 'ਚੋਂ ਬਰਾਮਦ ਕੀਤੇ ਗਏ ਸੀ, ਲੇਕਿਨ ਉਦੋਂ ਉਹਨੂੰ ਬਚਾ ਲਿਆ ਗਿਆ। ਅੱਜ ਇੱਕ DSP ਨੇ ਸਬੂਤ ਪੇਸ਼ ਕੀਤੇ ਨੇ, ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਬਿਨਾਂ ਪੜਤਾਲ ਕਰਿਆਂ ਕਲੀਨ ਚਿੱਟ ਦੇਣੀ ਨਿੰਦਣ ਯੋਗ ਕਾਰਵਾਈ ਹੈ। ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਤੁਰੰਤ ਇਹਦੀ ਪੜਤਾਲ ਕਰਵਾਉਂਦੇ ਅਤੇ ਜੇ ਉਹਦਾ ਉਹ ਦੋਸ਼ੀ ਸੀ, ਉਹਦੇ ਖਿਲਾਫ਼ ਇਹ ਸਬੂਤ ਸੀਗੇ DSP ਕੋਲ, ਤਾਂ ਉਹਨੂੰ ਤੁਰੰਤ ਉਹਦੇ ਅਹੁਦੇ ਤੋਂ ਹਟਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ।